हाँ जी, गुड मॉर्निंग सारे नू। ते आप आ गए हैं घरे, मैं ऑफिस तो आई हूँ नहा के। ते ये मेरे हाथ से देख सकते हो, मैं सवेरे सिर खा के अपने छिलके कट्ठे करके रख दी हाँ। हूँ मैं जाने बीच को ठाण वास्ते, उपर पहुंची आप फटाफट। इलीची वाला रूम आ, इधर मैंने कोई दिख नहीं रहा, ऊपर जाके देख दिया बीच के खड़ा। हम पहुंच चुके हैं, गुड मॉर्निंग। गुड मॉर्निंग, उठ्या होया तू? मैं तो सच उठ नहीं होना, मैं नहा के भी आ चुकी हूँ। शीशा गंदा होया पिया, मैं नहा के भी आ चुकी हूँ। उड़ जा थके। हूँ आप अपना सेम डेली वाला मॉर्निंग व्यू। तो ये मेरे सुक चुके ने छिलके, फिर आप इन्हों की बना देंगे दवाई जो सारे सुक गए हैं। ओके, तो किस किस नूं पता भी यदा की कुछ बनता हों, मैं जरूर दस्यो। तुसी गर्ल्स नूं तां पता ही होगा, मुंडिया नूं नहीं पता, किसी नूं भी एक अद्धे मुंडे नूं पता हो सकता, तो दस्यो जरूर मैनू। हुण आपां हो जाइए फटाफट रेडी, उस तो बाद मिल गया तुहानूं सारिआं नूं। गुड मॉर्निंग, ए गुड मॉर्निंग, गुड मॉर्निंग भी दे। चले आपां छोटे, क्यों खत्म कहानी क्यों है, बैठा तो हैगा तू चढ़दी कला च होंगे बाबा, हमेशा चढ़दी कला च रखे, सू खुश रखे सारिया, सानू खुश रखते हो, सोनू भी रब खुश रखे। yes. हसदे वास्ते चेहरे रहन। सो ब्याहां दा सीजन चल रहा है ना, सारे नू रिक्वेस्ट है भी रात गड्डियां घट भजाया करो आने वेले, है ना। तो क्योंकि एक्सीडेंट बहुत ज़्यादा होंगे ने, सो जिनी ध्यान नाल चलाओगे उन्नी फायदा, देर नाल कहने होंगे पता नहीं, हनेर चंगी है जा कुछ बता सकते हो, दस सकते हो सानू कमेंट दे विच के की बोली दा हुंदा। ओके, तो मिलते हैं आगे। रोटी रोटी खा, रोटी वगैरह खा लिया सी, रोटी खा के निकले हैं। तो सॉरी ब्लॉग सही नहीं बन रहा गड्डी के बीच, फिर कर दें गल। फोन तोड़ दे तेरा, स्टोरी मेंशन कर रहे हैं, फोन तोड़ दे तेरा। देखी लोग क्या अपन वाले कह दे, कई बंदे के रिप्लाई नहीं करते मैसेज का। हुन बंदे हर एक का रिप्लाई सीन कर दे, मैसेज सीन कर दे सी हर एक बंदिया दा, ते कमेंट भी आपां सारे दे पढ़दे हैं ना। ਹੁਣ ਸਾਨੂੰ ਥੋੜਾ ਜਿਹਾ ਟਾਈਮ ਲੱਗਿਆ ਸੀ, ਅਸੀਂ ਜੂਸ ਪੀਣ ਲਈ ਰੁਕੇ ਸੀਗੇ ਐਨੇ 'ਚ, ਇੱਕ ਬੰਦਾ ਬਲੌਗ ਚ ਲਈਏ ਆਪਾਂ ਐਨੇ 'ਚ, ਆਪਾਂ ਉਹ ਕਰਕੇ ਖੜ ਗਏ, ਫੋਨ ਖੋਲ੍ਹ ਕੇ ਖੜ ਗਏ ਕਿ ਵੀ ਅਸੀਂ ਚਲੋ ਕਮੈਂਟਾਂ ਦੇ ਰਿਪਲਾਈ ਕਰ ਦਈਏ, ਦੇਖ ਲਓ ਅਸੀਂ ਕਿੰਨਾ ਕਰਦੇ ਹਾਂ। ਹਾਲਤ ਕਿੱਦਾਂ ਦੀ ਹੋਈ ਪਈ ਆ ਮੇਰੀ, ਮੈਨੂੰ ਕੋਈ ਕਹਿ ਨਹੀਂ ਸਕਦਾ, ਮੈਂ ਛੋਟੀ ਚੱਲੀ ਹਾਂ। ਦੇਖੀ ਵੀ ਤਾਂ ਹੈ ਰੰਗ ਕਾਲਾ ਹੈਗਾ, ਤਾਂ ਕੈਮਰਾ ਤੇਰਾ ਸਾਫ ਨਹੀਂ ਹੈਗਾ ਮੈਂ, ਤੇ ਮੇਰਾ ਉਹ ਜਿਹੜਾ ਟੈਂਪਰ ਆ ਨਾ ਉਹ ਪ੍ਰਾਈਵੇਸੀ ਟੈਂਪਰ ਆ, ਤਾਂ ਕਰਕੇ ਲੱਗ ਰਿਹਾ, ਜੇ ਵਲੌਗ 'ਚ ਦੇਖਾਂਗੇ ਨਾ ਉਦੋਂ ਕੈਂਡ ਹੋਊਗਾ। ਦੇਖ ਹੁਣ, ਦੇਖ ਹੁਣ ਤੂੰ ਅੱਗੇ ਤੋਂ ਦੇਖ ਆਪਣਾ, ਲੈ ਦੇਖ ਹੁਣ, ਇੱਥੇ ਧੁੱਪ ਆ ਰਹੀ ਹੈ, ਮੈਂ ਕੀ ਕਰ ਸਕਦੀ ਹਾਂ। ਦੇਖ ਹੁਣ ਸਹੀ ਆਈ, ਹੁਣ ਤੁਹਾਨੂੰ ਨਹੀਂ ਹੁਣ ਸਾਨੂੰ ਤੂੰ ਦੱਸੇਂਗੀ ਮੈਨੂੰ ਕੌਣ ਹੁੰਦੇ ਆ। ਇੱਥੇ ਜਾ ਕੇ, ਇੱਥੇ
ਚ ਸਾਂਦਾ ਤੇਰਾ ਨਖਰਾ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਮੇਰਾ ਗੱਡੀ ਚ ਕਲਦਾ ਗੱਡੀ ਚ ਸਾਰਾ ਬਸ ਤੇ ਤੁਰ ਕੇ ਫਿਰ ਨਿਕਲਾਂਗੇ ਗੱਡੀ ਦਿਲ ਦਾਣੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਥੇਲਾ ਜੋਸ 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 ਲੈ ਜੂਸ ਫੜਾ ਹਾਂਜੀ ਇੱਥੇ ਕਰਤਾ ਆਪਾਂ ਮਿਊਜ਼ਿਕ ਆਫ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਈ ਅਸੀਂ ਪਹਿਲਾਂ ਵੀ ਵਲੌਗ 'ਚ ਦੱਸਿਆ ਹੋਇਆ ਕਿ ਸਾਨੂੰ ਕਾਪੀਰਾਈਟ ਦੀ ਟੈਨਸ਼ਨ ਹੁੰਦੀ ਆ ਕਿ ਬਈ ਕਾਪੀਰਾਈਟ ਨਾ ਪੈ ਜੇ ਅਤੇ ਇੱਧਰ ਆਂਟੀ ਜੀ ਸਾਨੂੰ ਮਿਲਣ ਆਏ ਹੋਏ ਨੇ ਆਪਣਾ ਆਸ਼ੀਰਵਾਦ ਦੇਣ ਆਏ ਹੋਏ ਨੇ ਅੰਕਲ ਜੀ ਵੀ ਸਾਨੂੰ ਆਸ਼ੀਰਵਾਦ ਦੇ ਰਹੇ ਕਿ ਪੁੱਤ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਅਤੇ ਇੱਧਰ ਲੇਬਰ ਵਾਲੇ ਸੀਗੇ ਜੋ ਕਿ ਨਾਲ ਦੇ ਪੈਲਸ 'ਚੋਂ ਆਏ ਸੀਗੇ ਵੀਰੇ ਹੋਰੇ ਉਹਨਾਂ ਨਾਲ ਆਪਾਂ ਫੋਟੋਆਂ ਕਰਾਈਆਂ ਅਤੇ ਇੱਧਰ ਦੂਜੇ ਵੀਰੇ ਹੋਰੇ ਨੇ ਜੋ ਕਿ ਮਲਵਈ ਗਿੱਧੇ ਵਾਲੇ ਨੇ ਇਹ ਵੀ ਨਾਲ ਦੇ ਪੈਲਸ 'ਚੋਂ ਆਏ ਸੀਗੇ ਫੋਟੋ ਕਰਾਉਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਫਿਰ ਅੰਕਲ ਜੀ ਨਾਲ ਆਪਾਂ ਫੋਟੋ ਕਰਾ ਕੇ ਅੰਕਲ ਜੀ ਚੱਲ ਗਏ ਸੀ ਲੇਕਿਨ ਦੁਬਾਰੇ ਫਿਰ ਤੋਂ ਆਏ ਨੇ ਆਪਣੀ ਫੈਮਲੀ ਨੂੰ ਨਾਲ ਲੈ ਕੇ ਨਾਲਦਿਆਂ ਨੂੰ ਨਾਲ ਲੈ ਕੇ ਕਿ ਤੁਸੀਂ ਇਹਨਾਂ ਨਾਲ ਵੀ ਫੋਟੋ ਕਰਾਓ ਫਿਰ ਅਸੀਂ ਸਾਰਿਆਂ ਨਾਲ ਇੱਕ ਇੱਕ ਕਰਕੇ ਫੋਟੋਜ਼ ਕਰਾਈ ਅਤੇ ਦੂਜੇ ਪਾਸੇ ਸਾਡਾ ਸਟੇਜ 'ਤੇ ਵੀ ਨਾਮ ਅਨਾਊਂਸ ਹੋ ਰਿਹਾ ਸੀ ਲੇਕਿਨ ਆਪਾਂ ਫੋਟੋ ਵਿਚਾਲੇ ਛੱਡ ਕੇ ਨਹੀਂ ਗਏ ਸਟੇਜ 'ਤੇ ਕਿਉਂਕਿ ਇੰਨਾ ਕਰਕੇ ਹੀ ਸਾਨੂੰ ਇੰਨਾ ਪਿਆਰ ਮਿਲਿਆ ਤੁਹਾਡੇ ਸਾਰਿਆਂ ਕਰਕੇ ਪਿਆਰ ਮਿਲਿਆ ਅਤੇ ਵਲੌਗ ਨੂੰ ਜ਼ਰੂਰ ਦੱਸਿਆ ਕਰੋ ਕਿਉਂਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਕਿ ਕਿੱਦਾਂ ਲੱਗਿਆ ਕਿੱਦਾਂ ਨਹੀਂ ਹਾਂਜੀ ਆਪਾਂ ਆ ਚੁੱਕੇ ਹਾਂ ਘਰ ਅਤੇ ਇੱਥੇ ਕਰਦੇ ਹਾਂ ਆਪਾਂ ਆਪਣੇ ਵਲੌਗ ਦਾ ਐਂਡ ਅੱਜ ਮੈਂ ਆਈ ਹਾਂ ਵੀ ਥੋੜ੍ਹੇ ਨੀਚੇ ਹੀ ਆ ਗੱਡੀ 'ਤੇ ਕਵਰ ਕੁਵਰ ਪਾ ਰਹੇ ਆ ਅਤੇ ਹੁਣ ਕਰੀਏ ਕੱਪੜੇ ਚੇਂਜ ਫਿਰ ਖਾਣਾ ਖਾਵਾਂਗੇ ਉਸ ਤੋਂ ਬਾਅਦ ਪੈ ਜਾਣਾ ਕਿਉਂਕਿ ਸਵੇਰੇ ਨਿਕਲਣਾ ਸੀ ਬਹੁਤ ਜਲਦੀ ਟਾਈਮ ਨਾਲ ਓਕੇ ਅਤੇ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਅਤੇ ਜੇ ਬੀਤ ਆਇਆ ਤਾਂ ਮੈਂ ਤੁਹਾਨੂੰ ਮਿਲਵਾ ਦੂੰਗੀ ਬੀਤ ਨਾਲ ਜੇ ਨਹੀਂ ਆਇਆ ਤਾਂ ਆਪਾਂ ਇੱਥੇ ਵਲੌਗ ਦਾ ਐਂਡ ਕਰ ਦਾਂਗੇ